ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜੋ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਘਰ ਵਿੱਚ ਰਹਿ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਦੂਜਾ ਵਿਆਹ ਪਿੰਡ ਬਹਿੜਵਾਲ ਕਲਾਂ ਨੇੜੇ ਪੱਤੋਕੀ ਦੇ ਰਣ ਸਿੰਘ ਨਕਈ ਦੀ ਬੇਟੀ ਬੀਬੀ ਰਾਜ ਕੌਰ ਨਕਈ ਨਾਲ ਕੀਤਾ ਸੀ। ਬੀਬੀ ਰਾਜ ਕੌਰ ਦਾ ਨਾਂ ਬਾਅਦ ਵਿੱਚ ਬਦਲ ਕੇ ਬੀਬੀ ਦਾਤਾਰ ਕੌਰ ਰੱਖ ਦਿੱਤਾ ਗਿਆ ਕਿਉਂਕਿ ਮਹਾਰਾਜਾ ਦੀ ਮਾਂ ਦਾ ਨਾਂ ਵੀ ਰਾਜ ਕੌਰ ਸੀ। 1801 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਾਨਸ਼ੀਨ ਖੜਕ ਸਿੰਘ ਦਾ ਜਨਮ ਵੀ ਬੀਬੀ ਦਾਤਾਰ ਕੌਰ ਦੇ ਢਿੱਡੋਂ ਹੋਇਆ। ਬੀਬੀ ਦਾਤਾਰ ਕੌਰ ਨਾਲ ਸ਼ਾਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਬਹਿੜਵਾਲ ਕਲਾਂ ਪਿੰਡ ਵਿੱਚ ਇੱਕ ਵੱਡੀ ਹਵੇਲੀ ਅਤੇ ਦੋ ਕਿਲੇ ਬਣਵਾਏ ਜਿਨ੍ਹਾਂ ਨੂੰ ਮਿਲਾਉਣ ਵਾਸਤੇ ਕਈ ਸੁਰੰਗਾਂ ਵੀ ਬਣਾਈਆਂ ਗਈਆਂ। ਯਾਦ ਰੱਖਣ ਦੀ ਗੱਲ ਹੁਣ ਇਹ ਹੈ ਕਿ ਇਸ ਹਵੇਲੀ ਦੀ ਥਾਂ 'ਤੇ ਨਵੇਂ ਘਰ ਬਣ ਚੁੱਕੇ ਨੇ, ਨਹੀਂ ਤਾਂ ਅਸੀਂ ਤੁਹਾਨੂੰ ਇਹ ਤਵਾਰੀਖੀ ਘਰ ਜ਼ਰੂਰ ਵਿਖਾਉਂਦੇ। ਆਓ ਹੁਣ ਮਿਲਦੇ ਹਾਂ ਉਹਨਾਂ ਦੇ ਨਾਲ ਜੋ 1947 ਤੋਂ ਬਾਅਦ ਇਸ ਤਵਾਰੀਖੀ ਘਰ ਵਿੱਚ ਆ ਕੇ ਵਸੇ। ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਅੱਜ ਦੀ ਗੱਲਬਾਤ ਸੁਣਨ ਤੋਂ ਬਾਅਦ ਤੁਹਾਡੀ ਜਾਣਕਾਰੀ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਆਉਣਗੀਆਂ। ਉਵੇਂ ਸੁਲੰਗ ਦੇ ਵਿੱਚ ਜਾਂਦੇ ਉਵੇਂ ਹੇਠੋਂ ਚੜ੍ਹਦੇ ਸੀ। ਉਹ ਸੁਲੰਗ ਅਸੀਂ ਆਪ ਵੇਖੀ ਹੈ। ਵਾਹ ਜੀ ਵਾਹ। ਉਹਦੇ ਵਿੱਚ ਫਿਰ ਅਸੀਂ ਤੁਰੇ ਵੀ ਆ ਲਾਈਟਾਂ ਲੈ ਕੇ। ਅੱਗੋਂ ਖੌਫ ਆਉਂਦਾ ਸੀ, ਨਹੀਂ ਕਿਸੇ ਦੀ ਟੁੱਕੀ ਗਾਂ ਟੁਰਨ ਦੀ। ਲਓ ਜੀ, ਅੱਜ ਅਸੀਂ ਜਿਸ ਪਿੰਡ ਵਿੱਚ ਬੈਠੇ ਹਾਂ, ਇਸ ਪਿੰਡ ਦਾ ਨਾਂ ਹੈ ਬਹਿੜਵਾਲ। ਬਹਿੜਵਾਲ ਪੰਜਾਬ ਦੀ ਤਾਰੀਖ ਵਿੱਚ ਅਜਿਹਾ ਪਿੰਡ ਹੈ ਜਿਹਦਾ ਜ਼ਿਕਰ ਤੁਹਾਨੂੰ ਪੰਜਾਬ ਦੀ ਤਾਰੀਖ ਦੀਆਂ ਕਿਤਾਬਾਂ ਵਿੱਚ ਵੀ ਮਿਲਦਾ ਹੈ। ਬਹਿੜਵਾਲ ਉਹ ਪਿੰਡ ਜਿੱਥੋਂ ਦੇ ਉਹ ਬੀਬੀ ਜੀ ਸਨ ਜਿਨ੍ਹਾਂ ਨਾਲ ਦੂਸਰੀ ਸ਼ਾਦੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ, ਔਰ ਉਸ ਬੀਬੀ ਜੀ ਦੇ ਘਰ ਵਿੱਚ ਜਿਹੜੀ ਸ਼ਖਸੀਅਤ ਅੱਜ ਕੱਲ੍ਹ ਰਹਿ ਰਹੀ ਹੈ ਉਹ ਅੱਜ ਸਾਡੇ ਨਾਲ ਹੈ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਸ ਵੇਲੇ 47 ਵੇਲੇ ਇਹ ਮਹਾਜਰ ਹੋ ਕੇ ਮੋਗਾ ਜ਼ਿਲ੍ਹੇ 'ਚੋਂ ਆਪਣਾ ਪਿੰਡ ਛੱਡ ਕੇ ਉਸ ਘਰ ਵਿੱਚ ਆਏ ਤਾਂ ਉਸ ਘਰ ਨੂੰ ਇਹਨਾਂ ਨੇ ਕਿੱਦਾਂ ਦਾ ਦੇਖਿਆ। ਹਿਜਰਤ ਦੀ ਗੱਲਬਾਤ ਅਸੀਂ ਇਹਨਾਂ ਨਾਲ ਥੋੜ੍ਹੀ ਬਹੁਤ ਕਰਾਂਗੇ, ਲੇਕਿਨ ਸਾਡੀ ਗੱਲਬਾਤ ਦਾ ਅਸਲ ਟੌਪਿਕ ਜਿਹੜਾ ਹੈ, ਅਸਲ ਜਿਹੜੀ ਗੱਲਬਾਤ ਹੈ, ਉਸ ਘਰ ਬਾਰੇ ਹੈ, ਉਸ ਕਿਲ੍ਹੇ ਬਾਰੇ ਹੈ, ਉਸ ਮਹਿਲ ਬਾਰੇ ਹੈ ਜਿਹਦੇ 'ਚ ਆ ਕੇ ਇਹ ਆਬਾਦ ਹੋਏ। ਬਾਬਾ ਜੀ, ਸਾਨੂੰ ਸਭ ਤੋਂ ਪਹਿਲੇ ਆਪਣਾ ਨਾਂ ਦੱਸਿਓ ਜੀ। ਅਸਗਰ ਅਲੀ। ਬਾਬਾ ਜੀ, ਅਸਗਰ ਅਲੀ, ਪਿਛੋਕੜ ਦਾ ਪਿੰਡ ਆਪਣਾ ਕਿਹੜਾ ਹੈ? ਉਤਸਾ ਮਿੰਨੀਆਂ ਸੀਲ ਮੋਗਾ। ਅੱਛਾ ਜੀ, ਜਿਸ ਵੇਲੇ ਉਸ ਪਿੰਡ 'ਚੋਂ ਤੁਸੀਂ ਹਿਜਰਤ ਕੀਤੀ ਹੈ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? 5 ਸਾਲ ਦਾ ਲਾ ਲਾ। 5 ਸਾਲ ਦੀ। ਉਹ ਕੁਝ ਗੱਲਾਂ ਸੁਣੀਆਂ ਸੁਣਾਈਆਂ ਕੁਝ ਯਾਦ ਨੇ ਕਿ ਕਿਵੇਂ ਕਿਵੇਂ ਉੱਠੇ, ਕਿਵੇਂ ਕਿਵੇਂ ਆਏ? ਇਹ ਦੱਸੋ ਵੀ ਅਮਨ ਅਮਾਨ ਨਾਲ ਆ ਗਏ ਸੀ? ਅਸੀਂ ਜੀ, ਸਾਨੂੰ ਫੌਜੀ ਲਿਆਏ ਆ ਗੱਡੀ ਗੱਡੀ 'ਤੇ। 400 ਰੁਪਇਆ ਦਿੱਤਾ ਸੀ ਇੱਕ ਫੌਜੀ ਨੂੰ। ਅੱਛਾ ਜੀ। ਉਹ ਦੋਸਤ ਸੀ ਸਾਡੇ ਬਜ਼ੁਰਗਾਂ ਦਾ। ਅੱਛਾ ਜੀ। ਉਹਨੂੰ 400 ਰੁਪਈਆ ਦਿੱਤਾ, ਉਹਨੇ ਸਾਨੂੰ ਪਿੰਡ ਦੇ ਵਿੱਚੋਂ, ਵੱਡੀ ਗੱਡੀ ਸੀ ਫੌਜੀਆਂ ਨੇ, ਸਾਰੇ ਕੁਣਬੇ ਨੂੰ ਚੁੱਕ ਕੇ ਕੈਂਪ 'ਚ ਲਿਆਣ ਕੇ ਲਾ ਤਾ। ਕਿਹੜੇ ਕੈਂਪ 'ਚ ਲਿਆਂਦਾ ਤਾ? ਕਿਹੜਾ ਗੰਡਾ ਸਿੰਘ ਵਾਲੇ ਪਰਾਂ ਸੀ, ਸਿੰਧਮ। ਅੱਛਾ ਜੀ, ਸਿੰਧਮ। ਅੱਛਾ ਜੀ, ਅਮਨ ਅਮਾਨ ਨਾਲ ਲਿਆ। ਜਿਹੜਾ ਤੁਹਾਡਾ ਪਿਛਲਾ ਪਿੰਡ ਸੀ ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਨਹੀਂ, ਵਿੱਚ ਸਿੱਖ ਸੀਗੇ। ਸਿੱਖ ਸੀਗੇ। ਹਾਂ। ਕੋਈ ਮਸ਼ਹੂਰ ਬੰਦਾ ਜਿਹਦਾ ਤੋਂ ਨਾਂ ਯਾਦ ਰਹਿ ਗਿਆ ਹੋਵੇ? ਉੱਥੋਂ ਸਿੱਖਾਂ ਦਾ? ਹਾਂ, ਬਾਬੇ ਧੰਨੇ ਕੇ ਸੀ। ਬਾਬੇ ਧੰਨੇ ਕੇ? ਹਾਂ, ਇਹ ਮਸ਼ਹੂਰ ਹੁੰਦੇ ਸੀ। ਠੀਕ ਹੈ। ਇਹਦੀ ਗੱਲਬਾਤ ਤੁਹਾਡੇ ਵੱਡੇ ਬੱਚਿਆਂ ਨਾਲ? ਉਹਨਾਂ ਦਾ ਸੀਗਾ ਬੜਾ ਭਾਈਚਾਰਾ। ਭਾਈਚਾਰਾ ਸੀਗਾ, ਗੁਆਂਢ ਸੀਗੇ, ਗੁਆਂਢ ਮੱਥਾ ਸੀ। ਠੀਕ ਹੈ। ਅੱਛਾ, ਫਿਰ ਤੁਸੀਂ ਇੱਥੇ ਆਏ ਇਸ ਪਿੰਡ ਵਿੱਚ ਬਹਿੜਵਾਲ ਵਿੱਚ, ਪੱਤੋ ਕੀ ਤਹਿਸੀਲ? ਅਸੀਂ ਕਸੂਰ ਆਏ, ਕਸੂਰੋਂ ਫਿਰ ਅਸੀਂ ਉੱਥੇ ਮਹੀਨਾ ਬੈਠੇ, ਉੱਥੋਂ ਫਿਰ ਅਸੀਂ ਇੱਧਰ ਆਏ, ਇੱਥੇ ਇਲਾਕਾ ਵੇਖਿਆ, ਫਿਰ ਇੱਥੇ ਅਸੀਂ ਜਦੋਂ ਬਹਿੜਵਾਲ ਆਏ ਅਤੇ ਇੱਥੇ ਸਾਨੂੰ ਇੱਕ ਜੱਟ ਮੁਸਲਮਾਨ ਹੋਇਆ, ਫੌਜਦਾਰ। ਫੌਜਦਾਰ, ਠੀਕ ਹੈ, ਜੱਟ। ਹਾਂ, ਸਿੰਧੂ। ਉਹਨੇ ਪੁੱਛਿਆ ਕਿਵੇਂ ਫਿਰਦੇ ਹਾਂ? ਅਸੀਂ ਆਖਿਆ ਜੀ ਅਸੀਂ ਕੋਈ ਜਗ੍ਹਾ ਲੱਭਦੇ ਫਿਰਦੇ ਹਾਂ ਮਹਾਜਰਾਂ 'ਤੇ, ਅਸੀਂ ਬਹਿਣਾ।
ਉਹਨੇ ਸਾਨੂੰ ਇੱਥੇ ਆਪਦੀ ਬੈਠਕ 'ਚ ਲੈ ਗਿਆ। ਅੱਛਾ। ਉਹਨੇ ਸਾਨੂੰ ਆਖਿਆ ਇੱਥੇ ਆ ਜਾਓ, ਇੱਥੇ ਨਰਮੇ ਨੁਰਮੇ ਕਮਾਦ ਬੜੇ ਆ ਅਤੇ ਤੁਹਾਡਾ ਗੁਜ਼ਾਰਾ ਹੋ ਜਾਏਗਾ ਅਤੇ ਪਾਣੀ ਮਿੱਠਾ। ਜੀ ਜੀ ਜੀ। ਅਸੀਂ ਫਿਰ ਕੱਚੀ ਉੱਥੋਂ ਕਸੂਰੋਂ ਉੱਠੇ, ਸਾਰਾ ਕੁਣਬਾ ਇੱਥੇ ਆ ਗਿਆ। ਅੱਛਾ। ਇੱਥੇ ਆਣ ਕੇ ਬੈਠੇ, ਫਿਰ ਇੱਥੇ ਆਣ ਕੇ ਆ ਖੱਤਰੀਆਂ ਦਾ ਪਿੰਡ ਸੀ, ਵਿੱਚ ਖੱਤਰੀ ਵੀ ਸੀ ਅੱਧੇ ਜ਼ਿਆਦਾ। ਅੱਛਾ। ਇੱਕ ਥੋੜ੍ਹੇ ਸੀ, ਖੱਤਰੀ ਜ਼ਿਆਦਾ ਸੀ। ਅੱਛਾ ਜੀ। ਪੱਕਾ ਬਾਜ਼ਾਰ ਬੜਾ ਮਸ਼ਹੂਰ ਸੀ, ਪੱਕੀ ਇੱਟ ਲੱਗੀ ਸੀ, ਬੜੇ ਦੋਹਰੇ ਮਕਾਨ, ਬੜਾ ਠੀਕ ਠਾਕ। ਅੱਛਾ ਜੀ। ਅਤੇ ਉਹ ਅਸੀਂ ਆਣ ਕੇ ਜਿੰਦਰੇ ਖੋਲ੍ਹੇ, ਬੜਾ ਬਰਤਨ ਵਿੱਚੋਂ ਨਿਕਲੇ, ਬਿਸਤਰੇ ਪੇਟੀਆਂ, ਉਹ ਅਸੀਂ ਸਾਰਿਆਂ ਨੇ ਸਕੀਮ ਕੀਤਾ ਜਿਹਦੇ ਪੰਜ ਜੀ ਉਹਨੂੰ, ਪੰਜ ਭਾਂਡੇ ਦੋ ਬਿਸਤਰੇ, ਜਾਣੀ ਸਾਰਿਆਂ ਨੂੰ ਵੰਡ ਵੰਡ ਕੇ। ਉਹ ਮਾਲ ਲੱਛੂ ਸ਼ਾਹ ਦਾ ਮਕਾਨ ਸੀ, ਬਹੁਤ ਮੰਨਿਆ ਤੰਨਿਆ ਲੱਛੂ ਸ਼ਾਹ। ਅੱਛਾ ਜੀ। ਇਹ ਮਕਾਨ ਉਸ ਵੇਲੇ ਲੱਛੂ ਇਹਦੇ 'ਚ ਰਹਿੰਦਾ ਸੀ? ਲੱਛੂ ਵਾਲੇ ਮਕਾਨ, ਉਹ ਵੀ ਬੜਾ ਮੰਨਿਆ ਤੰਨਿਆ ਲੱਛੂ ਵਾਲਾ ਮਕਾਨ ਸੀ। ਉਹਦਾ ਤਬੇਲਾ ਸੀਗਾ ਕੋਈ 40 ਮੱਝਾਂ ਦਾ ਲੰਮਾ, ਠੀਕ ਹੈ, ਅਤੇ ਘੋੜੀਆਂ ਦੀਆਂ ਖੁਰਲੀਆਂ। ਅੱਛਾ ਜੀ। ਆਹ ਡੱਲ ਸੀ ਖੂਹ ਉਹਦਾ, ਭੱਠਾ ਵੀ ਉਹਨੇ ਇੱਥੇ ਚਲਾਇਆ, ਉਹਦੇ ਭੱਠੇ ਆਪਦੇ ਤੋਂ ਹੀ ਉਹਨੇ ਇੱਟ ਲਾਈ ਸਾਰੀ ਇੱਥੇ, ਵੱਡੀ ਇੱਟ, ਠੀਕ, ਬਾਕੀ ਨਿੱਕੀ ਇੱਟ ਹੀ ਆ ਲੱਗੀ, ਠੀਕ ਹੈ, ਜਿਹੜੀ ਸਰਦਾਰਾਂ ਵਾਲੀ। ਜਿਸ ਟਾਈਮ ਆਖਰੀ ਵਾਰ ਜਿਹੜਾ ਬੰਦਾ ਇਸ ਮਕਾਨ 'ਚੋਂ ਉੱਠ ਕੇ ਗਿਆ ਹੈ, ਹਾਂ, ਉਹਦਾ ਨਾਂ ਕੀ ਸੀ ਜਿਹੜਾ ਜਿਹਦੇ 'ਚ ਤੁਸੀਂ ਬੈਠੇ ਹੋ? ਉਹ ਲੱਛੂ ਸ਼ਾਹ। ਲੱਛੂ ਸ਼ਾਹ। ਉਹ ਬ੍ਰਾਹਮਣ ਸੀ ਗਲਬਨ? ਉਹ ਸੀਗਾ ਆਪਣਾ ਖੱਤਰੀ, ਸਾਹੂਕਾਰ ਸੀ, ਸਾਹੂਕਾਰ, ਹਾਂ, ਸਾਹੂਕਾਰ ਸੀ, ਇਸ ਪਰ ਉਹਨੂੰ ਸ਼ਾਹ ਆਖਿਆ ਜਾਂਦਾ ਸੀ। ਉਹ ਇਸ ਮਕਾਨ 'ਚੋਂ ਉੱਠ ਕੇ ਗਿਆ, ਲੇਕਿਨ ਅਸਲ ਦੇ ਵਿੱਚ ਮਹਾਰਾਣੀ ਦਤਾਰ ਕੌਰ, ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਉਹਨਾਂ ਦੇ ਘਰ ਵਾਲੀ ਸੀ, ਇਹ ਘਰ ਉਹਦਾ ਸੀ ਜਿਹੜੇ ਕਿ ਇਸ ਪਿੰਡ ਦੀਆਂ ਧੀ ਸਨ, ਮਹਾਰਾਣੀ ਦਤਾਰ ਕੌਰ। ਸੋ ਇਹ ਗੱਲ ਤੁਹਾਨੂੰ ਉਸ ਵੇਲੇ ਪਤਾ ਲੱਗ ਗਈ ਸੀ ਵੀ ਉਹ ਮਕਾਨ ਹੈ, ਐਡਾ ਤਾਰੀਖੀ ਮਕਾਨ ਹੈ? ਉਹ ਇੱਥੋਂ ਵਾਲਿਆਂ ਨੇ ਦੱਸਿਆ ਨਾ ਫਿਰ ਸਾਨੂੰ, ਸਾਰਾ ਸਿੱਖਾਂ ਦਾ ਜੋ ਵੀ ਉਹਨਾਂ ਦਾ ਰਵੱਈਆ, ਜੋ ਵੀ ਉਹਨਾਂ ਸਾਨੂੰ ਗੱਲਾਂ ਸੁਣਾਉਣੀਆਂ ਵੀ ਆਹ ਫਲਾਨੇ ਦਾ ਸੀ, ਆਹ ਫਲਾਨੇ ਦਾ ਸੀ, ਠੀਕ, ਫਲਾਨਾ ਇਸ ਤਰ੍ਹਾਂ ਸੀ, ਫਲਾਨਾ ਇਸ ਤਰ੍ਹਾਂ ਇੱਥੇ ਸੀ, ਇਸ ਤਰ੍ਹਾਂ ਸਾਨੂੰ ਉਹਨਾਂ ਦੱਸੀਆਂ ਗੱਲਾਂ। ਇਸ ਪਿੰਡ ਦੇ ਵੱਡੇ ਵੱਡੇ ਜਿਹਨਾਂ ਲੋਕਾਂ ਦੇ ਨਾਂ ਦੱਸਦੇ ਨੇ ਇੱਥੋਂ ਦੇ ਲੋਕਲ ਲੋਕ, ਉਹ ਕਿਹੜੇ ਕਿਹੜੇ ਦੱਸਦੇ ਸੀ? ਫੌਜਦਾਰ ਸੀਗਾ। ਅੱਛਾ। ਫਿਰ ਸਾਡੇ ਨਾਲ ਉਹਦਾ ਭਾਈਚਾਰਾ ਵੀ ਰਿਹਾ, ਮੁਸਲਮਾਨ ਹੋ ਗਏ ਸੀ ਨਾ ਇੱਥੇ, ਜੱਟਾਂ ਦੇ 3 ਘਰ ਰਹਿ ਗਏ ਆ। ਅੱਛਾ ਜੀ। ਬਾਕੀ ਕੋਈ ਨਹੀਂ ਰਿਹਾ, ਠੀਕ, 3 ਘਰ ਮੁਸਲਮਾਨ ਹੋਏ ਸੀ ਜਿਹੜੇ, ਉਹ ਰਹਿ ਗਏ ਇੱਥੇ। ਅੱਛਾ ਜੀ। ਬਾਕੀ ਸਭ ਚਲੇ ਗਏ। ਜਿਹੜੇ ਚਲੇ ਗਏ ਉਹਨਾਂ ਵਿੱਚੋਂ ਕਿਸੇ ਦਾ ਨਾਂ ਤੁਹਾਨੂੰ ਦੱਸਦੇ ਹੋਣ ਵੀ ਉਹ ਫਲਾਣਾ ਸਿੰਘ ਹੁੰਦਾ ਸੀ, ਫਲਾਣਾ ਸਿੰਘ ਹੁੰਦਾ ਸੀ? ਉਹ ਹਜ਼ਾਰਾਂ ਸੌ ਇੱਕ ਸਿਉਣ ਸਿੰਘ, ਸਿਉਣ ਇੱਕ ਭੀਸਣਾ, ਹਾਂ, ਭੀਸਣਾ ਸਿੰਘ। ਅੱਛਾ ਜੀ। ਉਹਦੀਆਂ ਚਲਾਰਾਂ ਵੀ ਸੀ ਅਤੇ ਇੱਧਰ ਖੂਹ ਵੀ ਸੀ, ਉਹਦੇ ਨਾਂ 'ਤੇ ਹਜੇ ਚੱਲਦੇ ਪਏ ਉਹਨਾਂ ਦੇ। ਬਿਲਕੁਲ, ਅੱਜ ਵੀ ਉਹਨਾਂ ਦੇ ਨਾਂ 'ਤੇ? ਅੱਜ ਵੀ ਉਹਨਾਂ ਦੇ ਹੀ ਚੱਲਦੇ। ਕਿੱਥੇ ਚੱਲੇ ਆ? 1100 ਦਾ ਕੋਟ 'ਤੇ। ਅੱਜ ਕਿੱਥੇ ਚੱਲਿਆ? ਭੀਸਣਾ ਵਾਲੇ 'ਤੇ। ਅੱਛਾ। ਅੱਜ 75 ਵਰੇ ਲੰਘ ਗਏ, ਲੇਕਿਨ ਨਾਂ ਉਹਨਾਂ ਦੇ ਹੀ ਚੱਲਦੇ, ਥਾਵਾਂ ਦੇ ਨਾਂ ਉਹਨਾਂ ਦੇ ਨਾਂ 'ਤੇ ਚੱਲਦੇ। ਅੱਛਾ, ਸਾਨੂੰ ਇਹ ਦੱਸੋ, ਇਹ ਉਸ ਵੇਲੇ ਇੱਥੇ ਵੱਡੇ ਲੋਕ ਸੀ? ਹਾਂ, ਬੈੜਵਾਲ ਕਲਾਂ ਦੇ ਸਰਦਾਰ, ਸਰਦਾਰ ਵੱਡੇ ਉਹ ਹੀ ਸੀ। ਅੱਛਾ। ਇਹ ਦੱਸੋ ਕਿ ਜਿਹੜੀਆਂ ਫੈਮਲੀਆਂ ਇੱਥੇ ਮੁਸਲਮਾਨ ਹੋ ਗਈਆਂ, ਉਹ ਵੀ ਸੰਧੂ ਨਕਈ ਫੈਮਲੀ ਦੀਆਂ ਸਨ? ਆਹੋ। ਉਹਨਾਂ ਦੇ ਹੁਣ ਕੀ ਨਾਂ ਬਾਅਦ 'ਚ ਜਿਹੜੇ ਰੱਖੇ ਗਏ? ਉਹਨਾਂ ਦਾ ਇੱਕ ਦਾ ਖੁਸ਼ਾਲ, ਖੁਸ਼ਾਲਾ। ਅੱਛਾ, ਠੀਕ ਹੈ, ਮੁਸਲਮਾਨ ਹੋਇਆ, ਠੀਕ ਹੈ। ਇੱਕ ਸੀਗਾ ਦੁਨੀ, ਹਾਂ, ਉਹ ਮੁਸਲਮਾਨ ਹੋਇਆ। ਹਾਂ। ਦੋ ਤੇ ਇਹ ਦੋ ਹੀ ਆ, ਮੈਂ ਨਾ, ਠੀਕ ਹੈ, ਉਹ ਦੀ ਕਸ਼ਾਲੇ ਦੇ ਆ ਨਾ, ਠੀਕ ਹੈ, ਉਹ ਅੱਗੇ ਉਹਨਾਂ ਦੀ ਆਲ ਔਲਾਦ ਸੀ। ਹਾਂ। ਉਹ ਹੁਣ ਇੱਥੇ ਬੈਠੇ ਆ ਜਾਂ ਇੱਥੋਂ ਉੱਠ ਕੇ ਚਲੇ ਗਏ? ਇੱਥੇ ਹੀ ਆ, ਇੱਥੇ ਹੀ ਆ। ਹਾਂ, ਠੀਕ ਹੈ। ਬਾਬਾ ਜੀ, ਸਾਨੂੰ ਇਹ ਦੱਸਿਓ, ਉਹ ਮਕਾਨ ਦੀ ਆਪਾਂ ਗੱਲ ਕਰੀਏ ਜਿਹਦੇ 'ਚ ਤੁਸੀਂ ਆ ਕੇ ਬੈਠੇ, ਉਹ ਤਵਾਰੀਖੀ ਮਕਾਨ, ਉਹ ਹੁਣ ਤਾਂ ਢੱਠ ਗਿਆ, ਤੁਸੀਂ ਉੱਥੇ ਨਵਾਂ ਘਰ ਬਣਾ ਲਿਆ ਜਿਹੜਾ ਲੱਛੂ ਸ਼ਾਹ ਵਾਲਾ ਨਾ, ਉਹ ਅਜੇ ਚੱਲਦਾ ਪਿਆ, ਉਵੇਂ ਉਹ ਚੱਲਦਾ ਪਿਆ, ਉਵੇਂ ਛੱਤਾਂ, ਉਵੇਂ ਮਕਾਨ। ਲੇਕਿਨ ਮਹਾਰਾਣੀ ਦਤਾਰ ਕੌਰ ਵਿੱਚ ਖੂਹ ਸੀ, ਉਹਦੇ 3 ਪੌੜੀਆਂ ਲੱਗੀਆਂ ਸੀ 3 ਪਾਸੇ, ਠੀਕ ਹੈ, ਅੰਦਰ ਵੱਖਰੀ ਉਹਨਾਂ ਦੀ ਰਹਿ ਸੀ, ਬਾਹਰ ਹਵੇਲੀ ਵਾਲੀ ਵੱਖਰੀ, ਇੱਕ ਗਲੀ 'ਤੇ ਉਹਦੇ ਦੂਜੇ ਭਰਾ ਸੀ, ਇੱਕ ਪੌੜੀ ਉੱਧਰ ਸੀ, 3 ਪੌੜੀਆਂ ਸੀ। ਜਿਹੜਾ ਮਹਾਰਾਣੀ ਵਾਲਾ ਮਕਾਨ ਸੀ ਜਿਹਦੇ 'ਚ ਆ ਕੇ ਤੁਸੀਂ ਬੈਠੇ ਹੋ, ਉਹ ਮਕਾਨ ਤਾਂ ਹੈਗਾ ਨਾ ਆਪਣਾ ਰਣਜੀਤ ਸਿੰਘ ਦਾ,
ਆ ਮਹਾਰਾਜਾ ਰਣਜੀਤ ਸਿੰਘ ਦਾ ਹਾਂ ਉਹ ਉਹਦੇ 'ਚ ਤੁਸੀਂ ਆ ਕੇ ਬੈਠੇ ਹੋ ਆ ਉਹਦੇ 'ਚ ਆਣ ਕੇ ਨਹੀਂ ਅਸੀਂ ਉਹ ਅੱਗੋਂ ਮੁੱਲ ਲਿਆ ਫਿਰ ਸਰਦਾਰਾਂ ਕੋਲੋਂ ਸਰਦਾਰਾਂ ਕੋਲੋਂ ਤੁਸੀਂ ਮੁੱਲ ਲਿਆ ਮੁੱਲ ਲਿਆ ਬਾਅਦ ਦੇ ਵਿੱਚ ਆ ਜਿਨ੍ਹਾਂ ਦੀ ਉਹਨਾਂ ਦੇ ਉਹਦੇ ਘਰ ਗਈ ਹੈ ਅੱਛਾ 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 ਇਹ ਦੱਸਿਓ ਸਾਨੂੰ ਉਸ ਮਕਾਨ ਬਾਰੇ ਸਾਨੂੰ ਇਹ ਦੱਸਿਓ ਵੀ ਉਸ ਮਕਾਨ ਨੂੰ ਤੁਸੀਂ ਕਿਸ ਕਫੀਅਤ ਵਿੱਚ ਵੇਖਿਆ ਕਿੰਨੇ ਕਮਰੇ ਸੀ ਉਹਦੇ 'ਚ ਕਮਰੇ ਕਿੰਨੇ ਸੀ ਇੱਕ ਤਾਂ ਸੁਲਗ ਸੀ ਉਹਦੇ ਵਿੱਚ ਆਉਂਦੀ ਕਿਲੇ 'ਚ ਆਉਂਦੀ ਸੀ ਜਿੱਥੇ ਕਚਹਿਰੀ ਲੱਗਦੀ ਸੀ ਆਹ ਮਕਾਨਾਂ ਦੇ ਪਿੱਛੇ ਕਿਲਾ ਅੱਛਾ ਜੀ ਇਹ ਥੱਲੇ ਆ ਮਕਾਨ ਬਣੇ ਉਹ ਪਿਛਾਂ ਜਿਹੜੇ ਆ ਉਹ ਕਿਲਾ ਅੱਛਾ ਉਹ ਹੈਗਾ ਛਿਆਂ ਕਨਾਲਾਂ 'ਚ ਚਾਰ ਬੁਰਜ ਸੀ ਉਹਦੇ ਅੱਛਾ ਜੀ ਉਹ ਪੀ ਰਹਿੰਦੇ ਸੀ ਓਪੀ ਬੈਂਦੇ ਸੀ ਅੱਛਾ ਜੀ ਉੱਤੇ ਮਨਾ ਉਹਨਾਂ ਦੇ ਉੱਤੇ ਠੀਕ ਹੈ ਮੋਰਚੇ ਸੀ ਇੱਕ ਕਿਸਮ ਦੇ ਕਿਲੇ ਦੇ ਵਿੱਚ ਅੱਛਾ ਚੌਂ ਗੁੱਠਾਂ ਤੇ ਮਹਾਰਾਜਾ ਰਣਜੀਤ ਵੱਡਾ ਦਰਵਾਜ਼ਾ ਲੱਗਾ ਸੀ ਵਿੱਚ ਕਚਹਿਰੀਆਂ ਲੱਗਾ ਵਿੱਚ ਖੂਹ ਵੀ ਸੀ ਕਿਲੇ ਦੇ ਤੇ ਰਾਣੀਆਂ ਜਦੋਂ ਕਿਤੇ ਆਉਂਦੀਆਂ ਸੀ ਰਾਜਾ ਵੀ ਇੱਥੋਂ ਹੀ ਜਾਂਦਾ ਸੀ ਸੁਲਗ ਦੇ ਵਿੱਚ ਘਰ ਉਧਰੋਂ ਰਾਣੀਆਂ ਵੀ ਆਉਂਦੀਆਂ ਸੀ ਆਪਦੇ ਸੈਲ ਵਾਸਤੇ ਤੇ ਕਿਲੇ ਦੇ ਵਿੱਚ ਸੁਲੰਘ ਦੇ ਨੀਚੇ ਵਿੱਚ ਠੀਕ ਹੈ ਉਹ ਸੁਲੰਘ ਹਜੇ ਵੀ ਖੜੀ ਹੈ ਅਜੇ ਵੀ ਸੁਰੰਗ ਮੌਜੂਦ ਹੈ ਹਾਂ ਤੇ ਉਹ ਬੰਦ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਲਾ ਵੀ ਟੱਟ ਗਿਆ ਇਸ ਪਿੰਡ 'ਚੋਂ ਉਹ ਕਿਲਾ ਪੱਟ ਕੇ ਦੁਬਾਰਾ ਉਹਦੇ 'ਚ ਮਕਾਨ ਕੋਈ ਨਹੀਂ ਸੀ ਸਿਰਫ ਬੁਰਜ ਸੀਗੇ ਤੇ ਵਿੱਚੋਂ ਮੈਦਾਨ ਹੀ ਸੀ ਤੇ ਵਿੱਚ ਖੂਹ ਸੀ ਸਿਰਫ ਕਚਹਿਰੀ ਲੱਗਦੀ ਸੀ ਜਦੋਂ ਕੋਈ ਜਿਵੇਂ ਆਪਾਂ ਪਰਿਆਂ ਬਣਦੀ ਆ ਫੈਸਲਾ ਆਉਣਾ ਜਿਵੇਂ ਅੱਜ ਕੌਂਸਲ ਬਹਿਣੀ ਆ ਠੀਕ ਹੈ ਉਹ ਇਸ ਤਰ੍ਹਾਂ ਉਹਦੀ ਕਚਹਿਰੀ ਲੱਗਦੀ ਸੀ ਠੀਕ ਹੈ ਔਰ ਉਹ ਜਿਹੜੀ ਮਹਾਰਾਣੀ ਵਾਲਾ ਮਕਾਨ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ ਉਹ ਤੁਹਾਡੇ ਕੋਲ ਜਿਸ ਵੇਲੇ ਮਿਲਿਆ ਤੁਸੀਂ ਉਸ ਮਕਾਨ ਨੂੰ ਕਿੱਦਾਂ ਦਾ ਦੇਖਿਆ ਨਿੱਕੀ ਇੱਟ ਦਾ ਚੂਨੇ ਨਾਲ ਉਹਦੀ ਸਾਰੀ ਹੋਈ ਸੀ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਇੱਟ ਕਈ ਲੱਗੀ ਕਿਵੇਂ ਜਿਵੇਂ ਟਾਇਲ ਨਹੀਂ ਅੱਛਾ ਜੀ ਨਿੱਕੀ ਇੱਟ ਦਾ ਅੱਛਾ ਜੀ ਸਾਰੇ ਮਕਾਨ ਜਿੰਨੇ ਨਿੱਕੀ ਇੱਟ ਦੇ ਐਂ ਲੈਵਲ 'ਤੇ ਕੰਧਾਂ ਕਿਹੜੀਆਂ ਚੌੜੀਆਂ ਸੀ ਹੁੰਦੀਆਂ ਉਹ ਸੀ 18 ਫੁੱਟ ਤਕਰੀਬਨ 18 ਇੰਚ ਦੀ ਕੰਧ ਹਾਂ ਵਾਹ ਜੀ ਵਾਹ ਬੜੀ ਗੱਲ ਹੈ ਬੜੀ ਨਿੱਕੀ ਇੱਟ ਦਾ ਨਿੱਕੀ ਇੱਟ ਤੇ 18 ਇੰਚ ਦੀ ਕੰਧ ਤੇ ਪੂਰਾ ਦਾ ਪੂਰਾ ਪੱਕਾ ਸੀ ਵਿੱਚ ਉਹਨਾਂ ਦੇ ਲੱਕੜਾਂ ਦਿੱਤੀਆਂ ਸੀ ਫੱਟ ਅੱਛਾ ਜੀ ਐਡੇ ਐਡੇ ਮੋਟੇ ਗੁੱਠਾਂ 'ਚ ਜਿਵੇਂ ਆਪਾਂ ਸਰੀਆ ਪਾਉਂਦੇ ਹਾਂ ਹਾਂ ਡੈਂਪ ਪਾਉਂਦੇ ਹਾਂ ਠੀਕ ਹੈ ਡੈਂਪ ਦੇ ਥਾਂ ਉਹਨਾਂ ਲੱਕੜ ਪਾਈ ਸੀ ਸਾਰੇ ਕੰਧਾਂ 'ਚ ਅੱਛਾ ਜੀ ਸਭ ਮਕਾਨਾਂ 'ਚ ਵਾਹ ਜੀ ਵਾਹ ਤੇ ਇੱਕ ਮਕਾਨ ਐਸਾ ਸੀ ਜਿਹਦੇ ਵਿੱਚ ਸੁਲਗ ਚੜ੍ਹਦੀ ਸੀ ਉਹ ਹੇਠੋਂ ਸੁਲਗ ਦੇ ਵਿੱਚੋਂ ਪੌੜੀਆਂ ਸੀ ਅੱਛਾ ਉਹ ਪੌੜੀਆਂ ਚੜ੍ਹ ਕੇ ਤੇ ਆਪਦੇ ਕਮਰੇ 'ਚ ਕਹਿ ਚਲੇ ਅੱਗੋਂ ਫਿਰ ਪੌੜੀਆਂ ਵਿਹੜੇ 'ਚ ਆ ਗਏ ਉਵੇਂ ਸੁਲਗ ਦੇ ਵਿੱਚ ਜਾਂਦੇ ਉਵੇਂ ਹੇਠੋਂ ਚੜ੍ਹਦੇ ਸੀ ਉਹ ਸੁਲਗ ਅਸੀਂ ਆਪ ਵੇਖੀ ਹੈ ਵਾਹ ਜੀ ਵਾਹ ਉਹਦੇ ਵਿੱਚ ਫਿਰ ਅਸੀਂ ਤੁਰੇ ਵੀ ਹਾਂ ਲਾਈਟਾਂ ਲੈ ਕੇ ਅੱਗੋਂ ਖੌਫ ਆਉਂਦਾ ਸੀ ਨਹੀਂ ਕਿਸੇ ਦੀ ਟੁੱਕੀ ਗਾਂ ਟੁਰਨ ਦੀ ਆ ਜ਼ਮੀਨ ਦੇ ਥੱਲੇ ਹਨੇਰਾ ਔਰ ਉਹ ਡਰਾਉਣੀ ਜਗ੍ਹਾ ਸੀ ਹਾਂ ਤੁਸੀਂ ਫਿਰ ਲੰਬੇ ਨਹੀਂ ਗਏ ਨਾ ਵੈਸੇ ਕੋਈ ਅੰਦਾਜ਼ਾ ਹੈ ਸੀ ਵੀ ਸੁਰੰਗ ਕਿੱਧਰ ਨੂੰ ਜਾਂਦੀ ਅੱਗੇ ਉਹ ਇਸ ਕਿਲੇ 'ਚ ਅੱਛਾ ਘਰ ਤੋਂ ਲੈ ਕੇ ਕਿਲੇ ਤੱਕ ਸੁਰੰਗ ਬਣੀ ਸੀ ਇਸ ਕਿਲੇ 'ਚ ਆਉਂਦੀ ਸੀ ਨਾ ਤੇ ਉਹਨਾਂ ਘਰੋਂ ਆਉਂਦੇ ਸੀ ਉਹ ਤੇ ਸੁਰੰਗ ਥਾਣੀ ਸੁਰੰਗ ਥਾਣੀ ਆਉਂਦੇ ਸੀ ਸੁਰੰਗ ਬਾਈ ਘਰ ਦੇ ਫਿਰ ਇੱਕ ਕਿਲਾ ਇੱਥੇ ਬਾਹਰ ਸੀਗਾ ਅੱਛਾ ਉਹ ਸੀ ਚੌਂ ਪੰਜਾਂ ਕਿਲਿਆਂ 'ਚ ਉਹ ਕੱਚਾ ਕਿਲਾ ਜਿਹੜਾ ਬਾਹਰ ਸੀ ਆਹੋ ਉਹ ਕੱਚਾ ਹੀ ਸੀ ਅੱਛਾ ਜੀ ਉਹਦੇ ਵਿੱਚ ਖੂਹ ਵੀ ਸੀ ਠੀਕ ਹੈ ਉੱਥੇ ਵੀ ਸੁਲੰਘ ਜਾਂਦੀ ਆ ਉਹ ਨਹੀਂ ਅਸੀਂ ਵੇਖੀ ਵੀ ਇਹ ਕਿਹੜੇ ਪਾਸੇ ਦੀ ਜਾਂਦੀ ਆ ਸੁਲੰਘ ਹੈਗੀ ਉੱਧਰ ਵੀ ਉਹ ਵੀ ਤੁਹਾਨੂੰ ਅਗਾਂ ਨਹੀਂ ਗਏ ਡਰ ਦੇ ਮਾਰੇ ਇੱਥੇ ਅਸੀਂ ਤਾਂ ਇਹਦੇ 'ਚ ਬਥੇਰੇ ਚਾਰਾ ਮਾਰਿਆ ਨਹੀਂ ਕਿਸੇ ਦੀ ਟੁੱਕੀ ਹੈਗਾ ਜਿਸ ਵਕਤ ਤੱਕ ਤੁਸੀਂ ਇਸ ਘਰ 'ਚ ਆਏ ਉਹ ਸੁਰੰਗਾਂ ਬਿਲਕੁਲ ਠੀਕ ਠਾਕ ਸੀ ਬਿਲਕੁਲ ਸ਼ਰਦ ਖਾਨੇ ਸੀ ਦੋ ਅੱਛਾ ਗਰਮੀ ਦੇ ਵਿੱਚ ਉੱਥੇ ਕੁਰਸੀਆਂ ਡਾਲੋ ਬੈਠੇ ਰਹਿੰਦੇ ਬਰਫ਼ 'ਚ ਲੱਗੇ ਰਹੇ ਵਾਹ ਜੀ ਵਾਹ ਸ਼ਰਦ ਖਾਨੇ ਸੀ ਵਾਹ ਜੀ ਜਿਵੇਂ ਖੂਹ ਨਹੀਂ ਹੁੰਦਾ ਗੋਲ ਉੱਤੇ ਛੱਤ ਤੇ ਹੇਠਾਂ ਲੈ ਜਾਂਦੇ ਸੀ ਅਤੇ ਆਰਾਮ ਨਾਲ ਬੈਠੇ ਰਹਿੰਦੇ ਅਸੀਂ ਉੱਥੇ ਖੇਡਦੇ ਰਹੇ ਹਾਂ ਅਤੇ ਵਿੱਚ ਬੜੇ ਰਹੇ ਬਹਿੰਦੇ ਰਹੇ ਕੀ ਬਾਤ ਹੈ ਕੀ ਬਾਤ ਉਸ ਵੇਲੇ ਲੋਕ ਦੱਸਦੇ ਹੁੰਦੇ ਸੀ ਵੀ ਇਹ ਰਣਜੀਤ ਸਿੰਘ ਦਾ ਹਾਂ ਹਾਂ ਇੱਕ ਤਰ੍ਹਾਂ ਦਾ ਉਹ ਰਣਜੀਤ ਸਿੰਘ ਦਾ ਸਹੁਰਾ ਘਰ ਸੀ ਜਿਹੜਾ ਕਿ ਬਾਅਦ 'ਚ ਉਹਨੇ ਇੱਥੇ ਰਹਿਣਾ ਸ਼ੁਰੂ ਕਰਤਾ ਉਹ ਕਚਹਿਰੀਆਂ ਵੀ ਇੱਥੇ ਲਾਉਂਦਾ ਰਿਹਾ ਹਾਂ ਸਹੀ 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 ਆ ਕਿਤਾਬ ਦੇ ਵਿੱਚ ਉਹਦੀ ਜੋ ਵੀ ਉਹਨੇ ਮਾਰੇ ਜਿੰਨੇ ਕਬਜ਼ੇ ਕੀਤੇ ਆ ਇਸ ਇਲਾਕੇ ਦੇ ਵਿੱਚ ਉਹ ਸਾਰਾ ਇਹਦੇ 'ਤੇ ਹੁਲੀਆ ਇੱਕ ਕਿਤਾਬ ਦੇ ਹੈ ਜੀ ਤੁਹਾਡੇ ਕੋਲ ਇਸ ਵੇਲੇ ਤਾਰੀਖ ਏ ਪੰਜਾਬ ਪੰਜਾਬ ਦੀ ਤਾਰੀਖ ਬਾਰੇ ਕਿਤਾਬ ਤੁਹਾਡੇ ਕੋਲ ਹੈ ਜੀ ਇਹਦੇ ਉੱਤੇ ਨਾਂ ਲਿਖੇ ਆ ਰਾਣੀਆਂ ਦੇ ਫਿਰ ਜਿੱਥੇ ਜਿੱਥੇ ਦੇ ਅੱਛਾ ਫਿਰ ਉਸ ਘਰ ਦੇ ਵਿੱਚ ਕਮਰੇ ਕਿੰਨੇ ਸੀ ਜੀ ਕਮਰੇ ਉਹਦੇ 'ਚ ਹੈ ਕਾਫੀ ਕਮਰੇ ਸੀ ਯਾਰ ਸੀਗੇ
एक तो मूहरे बरांडा सी ते दो तीन उर सी कमरे है गए सी अठ नौ उस जगह दे विच सी ओ ठीक है कमरे अठ नौ हिस्से कमरे तो उस जगह ते सी बरामदा भी सी नाल होर खाण पीन दे कमरे सारा कुछ बड़ा ठीक ते ओ अजे एक हिस्सा तुसी देखया है हाँ। कुछ हिस्सा पहले भी हो सकता टट गया होवे अगे एक टट्ठा गया उनू अग लगी किते मैं मल सीगा ते उनू अग लगी भी सी ओवें लाशां पईयां सी आपां तां ओ वेख्या ਕਿਤੇ ਅੱਗ ਲੱਗੀ ਪਤਾ ਨਹੀਂ ਕਿਵੇਂ ਲੱਗੀ ਉਹ ਛੱਤਾਂ ਸੜੀਆਂ ਕੰਧਾਂ ਨੂੰ ਕਾਲਸ ਲੱਗੀ ਸੀ ਉਵੇਂ ਅੱਛਾ ਉਹ ਫਿਰ ਉਵੇਂ ਪਿਆ ਰਿਹਾ ਤੇ ਬਾਕੀ ਬਿਲਕੁਲ ਤੰਦਰੁਸਤ ਰਹਿਸ਼ੀ ਮਕਾਨ ਸੀਗੇ ਸਹੀ ਸਹੀ ਹਾਂ ਦੋ ਮੰਜ਼ਲੇ ਠੀਕ ਹੈ ਦੋ ਮੰਜ਼ਲੇ ਸੀ ਚੁਬਾਰੇ ਸੀ ਦੋ ਮੰਜ਼ਲੇ ਸੀ ਹਾਂ ਔਰ ਇਹ ਸਾਰੀ ਮਹਿਲ ਦੀ ਜਿਹੜੀ ਜਗ੍ਹਾ ਹੈ ਇਹ ਵੀ ਇਹ ਸੀ ਤਿੰਨ ਮੰਜ਼ਲਾ ਤਿੰਨ ਮੰਜ਼ਲਾਂ ਸੀ ਔਰ ਇਹ ਦੱਸਦੇ ਪਏ ਆ ਤੁਹਾਡੇ ਨਾਲ ਗਵਾਂਢ ਬੈਠੇ ਆ ਆਹੋ ਤੁਹਾਡੇ ਭਾਈ ਆ ਗਲਬਨ ਆਹੋ ਕਿ ਚਾਰ ਕਨਾਲ ਜਗ੍ਹਾ ਸੀ ਘੱਟੋ ਘੱਟ ਆਹੋ ਵਿੱਚ ਫਿਰ ਪਰਾਂ ਨਾਲ ਸਾਰੀ ਪਈ ਜਾਂਦਾ ਥਾਂ ਉਹਦੇ 'ਚ ਫਿਰ ਕੋਈ ਸਾਰੇ ਘਰ ਅੱਡੋ ਅੱਡੀ ਬਹਿ ਗਏ ਠੀਕ ਹੈ ਅੱਛਾ ਸਾਨੂੰ ਇਹ ਦੱਸੋ ਇਹ ਜਿਹੜੇ ਐਡਾ ਤਾਰੀਖੀ ਜਗ੍ਹਾ ਹੈ ਇੰਨਾ ਤਾਰੀਖੀ ਮਕਾਨ ਹੈ ਜਿਹਦੇ 'ਚ ਤੁਸੀਂ ਆ ਕੇ ਬੈਠੇ ਕਦੇ ਕੋਈ ਇਹਨੂੰ ਵਿਜ਼ਿਟ ਕਰਨ ਵੀ ਲੋਕ ਆਉਂਦੇ ਆ ਤਾਰੀਖ ਵੇਖਣ ਜਾਂ ਕੋਈ ਨਹੀਂ ਆਉਂਦਾ ਉਹ ਆਏ ਸੀਗੇ ਦੋ ਤਿੰਨ ਵਾਰੀ ਆਏ ਆ ਬਸ ਦੋ ਤਿੰਨ ਨਨਕਾਣੇ ਆਉਂਦੇ ਸੀ ਨਾ ਸਾਲ ਪਿੱਛੋਂ ਤੇ ਉਹ ਫਿਰ ਆਉਂਦੇ ਸੀ ਪੁੱਜ ਕੇ ਇਹਨੂੰ ਦਰਸ਼ਨ ਕਰਨ ਗੁਰਦੁਆਰੇ ਨੂੰ ਵੀ ਤੇ ਆਪਦੇ ਮਕਾਨਾਂ ਨੂੰ ਵੀ ਵੇਖ ਕੇ ਜਾਂਦੇ ਰਹੇ ਲੇਕਿਨ ਮੈਂ ਸਮਝਣਾ ਕਿ ਜਿੰਨੀ ਤਾਰੀਖੀ ਬਿਲਡਿੰਗ ਹੈ ਜਿੰਨਾ ਤਾਰੀਖੀ ਇਹਦਾ ਬੈਕਗਰਾਊਂਡ ਹੈ ਉਨੇ ਲੋਕ ਨਹੀਂ ਆਉਂਦੇ ਇੱਥੇ ਜਿੰਨੇ ਕਿ ਆਉਣੇ ਚਾਹੀਦੇ ਨਹੀਂ ਆਏ ਨਹੀਂ ਆਏ ਸੱਚਾ ਬਾਕੀ ਛੋਟੀਆਂ ਗਲੀਆਂ ਇਹਦੀਆਂ ਸੱਤ ਫੁੱਟ ਕੋਈ ਪੰਜ ਫੁੱਟ ਕੋਈ ਚਾਰ ਫੁੱਟ ਕੋਈ ਤਿੰਨ ਫੁੱਟ ਇਸ ਪਿੰਡ ਦੀ ਇਹਦੇ ਵਿੱਚ ਗਲੀਆਂ ਠੀਕ ਹੈ ਚਲੋ ਜਿਉਂਦੇ ਵਸਦੇ ਰਹੋ ਜੀ ਤੁਹਾਡੇ ਨਾਲ ਮੁਲਾਕਾਤ ਕਰਕੇ ਔਰ ਉਸ ਤਾਰੀਖੀ ਘਰ ਬਾਰੇ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ।